ਸਸਕ ਗੱਲ ਜੀ ਹਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਇਸ YouTube ਚੈਨਲ ਤੇ ਤੁਸੀਂ ਹਰ ਰੋਜ਼ ਇੱਕ ਵੀਡੀਓ ਦੇਖਦੇ ਹੋ ਜਿਹੜੀ ਮੋਟਿਵੇਸ਼ਨਲ ਵੀਡੀਓ ਹੁੰਦੀ ਹੈ ਇਹਨਾਂ ਦੇ ਨਾਲ ਚ ਮੈਂ ਤੁਹਾਡੀ ਸਕਸੈਸ ਦੀ ਗੱਲ ਕਰ ਰਿਹਾ ਹਾਂ ਸਫਲਤਾ ਕਿਸ ਤਰ੍ਹਾਂ ਮਿਲੇ ਇਹ ਗੱਲ ਚੱਲ ਰਹੀ ਹੈ ਤੇ ਇਹਦੇ ਵਿੱਚ ਇੱਕ ਗੱਲ ਜਿਹੜੀ ਕੱਲ ਸ਼ੁਰੂ ਕੀਤੀ ਸੀ ਕਿ ਤੁਸੀਂ ਵਧੀਆ ਬੁਲਾਰੇ ਹੋਣੇ ਚਾਹੀਦੇ ਹੋ ਜੇ ਜ਼ਿੰਦਗੀ ਦੇ ਵਿੱਚ ਸਫਲ ਹੋਣਾ ਚਾਹੁੰਦੇ ਹੋ ਜਾਂ ਕਿਸੇ ਵੀ ਖੇਤਰ ਦੇ ਵਿੱਚ ਖਾਸ ਤੌਰ ਤੇ ਜੇ ਸਿਆਸਤ ਦੇ ਵਿੱਚ ਜਾਣਾ ਹੈ ਮਾਰਕੀਟ ਚ ਜਾਣਾ ਹੈ ਜਾਂ ਮਾਰਕੀਟਿੰਗ ਤੋਂ ਇਲਾਵਾ ਜੇ ਤੁਸੀਂ ਟੀਚਿੰਗ ਚ ਜਾਣਾ ਤਾਂ ਵਧੀਆ ਬੁਲਾਰਾ ਹੋਣਾ ਜ਼ਰੂਰੀ ਹੈ ਵੈਸੇ ਵੀ ਜ਼ਿੰਦਗੀ ਦੇ ਵਿੱਚ ਕਾਮਯਾਬੀ ਲਈ ਤੁਸੀਂ ਵਧੀਆ ਤਰੀਕੇ ਨਾਲ ਗੱਲਬਾਤ ਕਰ ਸਕਦੇ ਹੋ ਤੇ ਜੇ ਲੋੜ ਪਵੇ ਭਾਸ਼ਣ ਦੇ ਸਕਦੇ ਹੋ ਤੁਸੀਂ ਭਾਸ਼ਣ ਦੇ ਸਕਦੇ ਹੋ ਮੈਂ ਕੱਲ ਦੱਸਿਆ ਸੀ ਸ਼ਰਤਾਂ ਵੀ ਦੱਸਿਆ ਸੀ ਤਿੰਨ 3C ਤੇ 3D ਦਾ ਫਾਰਮੂਲਾ ਠੀਕ ਹੈ 3C ਦਾ ਕਿਹੜਾ ਕੰਟੈਕਟ ਕੌਨਫੀਡੈਂਸ ਤੇ ਕਮਿਊਨੀਕੇਸ਼ਨ D ਡਾਟਾ ਕਲੈਕਸ਼ਨ ਡਾਟਾ ਸਿਲੈਕਸ਼ਨ ਡਾਟਾ ਅਰੇਂਜਮੈਂਟ ਅੱਜ ਆਪਾਂ ਉਸ ਤੋਂ ਥੋੜਾ ਅੱਗੇ ਚੱਲੀਏ ਇਸ ਪਾਰਟ ਦੇ ਵਿੱਚ ਤੁਸੀਂ ਦੇਖੋਗੇ ਕਿ ਪਹਿਲਾਂ ਆਪਾਂ ਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ ਜਿਵੇਂ ਬਨੁੱਖ ਹੁੰਦਾ ਹੈ ਉਹ ਸੇਟਰਪੈਸ਼ਨ ਹੁੰਦਾ ਹੈ ਤੇ ਸਾਡੇ ਵੀ ਸਰੀਰ ਵੰਗ ਤਿੰਨ ਹਿੱਸੇ ਜਿਹੜੇ ਨੇ ਉਹ ਮੰਨ ਸਕਦੇ ਆ ਪਹਿਲਾ ਆਰੰਭ ਫਿਰ ਮੱਧ ਫਿਰ ਅੰਤ ਸ਼ੁਰੂਆਤ ਆਰੰਭ ਜਿਹੜਾ ਹੈ ਬਹੁਤ ਇੰਪੋਰਟੈਂਟ ਹੈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਿ ਜੇ ਤੁਸੀਂ ਸ਼ੁਰੂ ਦੇ ਵਿੱਚ ਹੀ ਸਰੋਤਿਆਂ ਨੂੰ ਆਪਣੇ ਨਾਲ ਜੋੜਨ ਚ ਕਾਮਯਾਬ ਹੋ ਜਾਣਿਓ ਤਾਂ ਤੁਹਾਡਾ ਭਾਸ਼ਣ ਬਹੁਤ ਵਧੀਆ ਜਿਹੜਾ ਹੁੰਦਾ ਹੈ ਔਰ ਤੁਸੀਂ ਲੋਕਾਂ ਦੇ ਦਿਲਚਸਪ ਚ ਕਾਮਯਾਬ ਹੋ ਜਾਂਦੇ ਹੋ ਜੇ ਮੰਨ ਲਓ ਭਾਸ਼ਣ 30 ਮਿੰਟ ਦਾ ਹੈ ਤਾਂ ਉਹਨੂੰ ਇਸ ਤਰੀਕੇ ਨਾਲ ਵੰਡ ਸਕਦੇ ਆ ਕਿ ਪਹਿਲੇ 4-5 ਮਿੰਟ ਤੁਹਾਡੀ ਸ਼ੁਰੂਆਤ ਦੇ ਜਿਹਨੂੰ ਇੰਟਰੋਡਕਸ਼ਨ ਕਹਿ ਸਕਦੇ ਹੋ ਤੇ ਫਿਰ ਤੁਹਾਡਾ 20 ਮਿੰਟ ਦਾ ਮੱਧ ਤੇ 5 ਮਿੰਟ ਤੁਸੀਂ ਅਖੀਰ ਦੇ ਵਿੱਚ ਕਨਕਲੂਡ ਕਰਨਾ ਹੈ ਸ਼ੁਰੂਆਤ ਕਿਵੇਂ ਹੋਵੇ ਸ਼ੁਰੂਆਤ ਦਿਲਚਸਪ ਹੋਵੇ ਦਿਲਚਸਪ ਕਿਵੇਂ ਹੋਵੇ دلچسپ تے بہت سارے ਢੰਗ ਨੇ کئی واری اسی کوئی شعر سنا دیندے ہیں کوئی ਕਹਾਤਾ ਸੁਣਾ ਦਿੰਦੇ ہیں کوئی کہانی ਸੁਣਾ ਦਿੰਦੇ ہیں ਸਰੋਤਿਆਂ ਦੀ ਪ੍ਰਸ਼ੰਸਾ ਕਰਦੋ ਸਵਾਗਤ ਕਰਦੋ ਸੰਸਰੀ ਖੇਜ کوئی ਤਤ شروع کر لوں کسی بھی طریقے ਨਾਲ ਕੋਈ ਹਾਸੇ ਵਾਲੀ ਗੱਲ ਕਰ ਲਓ ਤੁਸੀਂ ਇਸ ਨੂੰ ਦਿਲਚਸਪ ਬਣਾਉਣ ਲਈ ਕੋਈ ਵੀ ਢੰਗ ਵਰਤ ਸਕਦੇ ਹੋ ਤੇ ਬਹੁਤ سارے ਲੋਕ ਤਜਰਬੇ ਤੋਂ ਸਿੱਖਦੇ ਨੇ ਬਹੁਤ سارے ਲੋਕ ਮਿਹਨਤ ਨਾਲ ਸਿੱਖਦੇ ਨੇ ਹੁਣ ਮੈਂ ਤਜਰਬੇ ਦੀ ਗੱਲ ਤੁਹਾਨੂੰ ਦੱਸਦਾ ਇੱਕ ਵਾਰ ਮੈਂ ਹਰਿਆਣਾ ਜਰਨਲਿਸਟ ਯੂਨੀਅਨ ਦੇ ਸੱਦੇ ਤੇ ਗਿਆ ਉਹਨਾਂ ਦਾ ਸਟੇਟ ਲੈਵਲ ਦਾ ਫੰਕਸ਼ਨ ਸੀ ਮੈਂ ਕੀ ਨੋਟਸ ਜਿਹੜਾ ਸਪੀਕਰ ਸੀ ਤੇ ਪ੍ਰਧਾਨਗੀ ਭਾਸ਼ਣ ਉੱਥੋਂ ਦੇ ਕੈਬਨਿਟ ਮੰਤਰੀ ਰਾਓ ਬ੍ਰਿੰਦਰ ਸਿੰਘ ਨੇ ਕਰਨਾ ਸੀ ਉਸ ਵੇਲੇ ਦੇ ਮੰਤਰੀ ਤੇ ਰਾਓ ਬ੍ਰਿੰਦਰ ਸਿੰਘ ਮੈਂ ਭਾਸ਼ਣ ਕਰਕੇ ਜਦੋਂ ਬੈਠ ਗਿਆ ਜਦੋਂ ਪ੍ਰਧਾਨਗੀ ਭਾਸ਼ਣ ਹਮੇਸ਼ਾ ਸਭ ਤੋਂ ਪਿੱਛੇ ਹੁੰਦਾ ਹੈ ਜਦੋਂ ਉਹ ਬੋਲੇ ਤੇ ਉਹਨਾਂ ਦਾ ਪਹਿਲਾ ਬਾਤ ਕੀ ਸੀ ਕਹਿਣ ਲੱਗੇ ਆਪਕੋ ਪਤਾ ਹੈ ਇਹ ਜੋ ਡਾਕਟਰ ਹਰਜਿੰਦਰ ਵਾਲੀਆ ਹੈ ਮੇਰੇ ਸਾਧੂ ਹੈ ਮੈਂ ਉਹਨਾਂ ਨੂੰ ਪਹਿਲੀ ਵਾਰ ਮਿਲ ਰਿਹਾ ਸੀ ਤੇ ਪਹਿਲਾਂ ਕਦੇ ਨਹੀਂ ਮਿਲਿਆ ਸੀ ਨਾ ਮੈਂ ਜਾਣਦਾ ਸੀ ਉਹਨਾਂ ਨੂੰ ਮੈਂ ਵੀ ਸਿਰੋਤਿਆ ਵਾਂਗ ਕੰਨ ਚੱਕ ਲੇ ਤੇ ਉਧਰ ਦੇਖਣ ਲੱਗਿਆ ਸਾਰਿਆਂ ਦਾ ਧਿਆਨ ਉਧਰ ਚਲਾ ਗਿਆ ਇੱਕ ਮੰਤਰੀ ਕਿਵੇਂ ਕਹਿੰਦਾ ਪਹਿਲਾ ਜਿਹੜਾ ਸੈਂਟੈਂਸ ਸੀ ਇਹ ਡਾਕਟਰ ਵਾਲੀਆ ਮੇਰੇ ਸਾਡੂ ਹੈ ਆਪ ਰਾਮ ਕਿਉਂ ਹੋ ਰਹੇ ਹੈ ਮੈਂ ਬਤਾਤਾ ਹੂੰ ਕਿ ਐਸੇ ਸਾਡੂ ਹੈ ਇਹ ਜabb ਵੀ ਬੋਲਤੇ ਹੈ ਦਿਲ ਸੇ ਬੋਲਤੇ ਹੈ ਔਰ ਮੈਂ ਜabb ਵੀ ਬੋਲਤਾ ਹੂੰ ਦਿਲ ਸੇ ਬੋਲਤੇ ਤੋ ਅਭ ਹੋਏ ਨਾ ਹਮ ਸਾਡੂ ਹੁਣ ਇਹ ਗੱਲ ਨਾਲ ਉਹਨਾਂ ਨੇ ਦੋ ਗੱਲਾਂ ਕਰ ਲਿਆ ਲੋਕਾਂ ਦਾ ਧਿਆਨ ਖਿੱਚ ਲੋਕਾਂ ਨੂੰ ਹੁਸਾਇਆ ਜੇ ਕੋਈ ਅਖੀਰ ਤੱਕ ਲੰਬੇ ਸਮੇਂ ਤੱਕ ਬੈਠਾ ਬੈਠਾ ਉង ਵੀ ਰਿਹਾ ਸੀ ਉਹ ਵੀ ਹਾਸੇ ਦੇ ਵਿੱਚ ਜਾਗ ਪਿਆ ਲੋਕਾਂ ਨੂੰ ਨਾਲ ਤੋਰਨ ਚ ਕਾਮਯਾਬ ਹੋ ਗਏ ਤੇ ਇੱਕ ਤਰੀਕਾ ਹੈ ਕੋਈ ਵੀ ਕਹਾਣੀ ਸੁਣਾ ਦੋ ਕੋਈ ਨਿੱਜੀ ਜ਼ਿੰਦਗੀ ਚ ਕੱਢ ਲਓ ਕੋਈ ਹਾਸੇ ਵਾਲੀ ਗੱਲ ਦੱਸ ਦੋ ਤੁਮ ਮੈਨੂੰ ਦੱਸਦੇ ਇੱਕ ਦਿਨ ਮੈਂ ਇੱਕ ਟ੍ਰਾਂਟੋ ਦੀ ਬੈਂਕਓਵਰ ਦੀ ਗੱਲ ਹੈ ਮੈਂ ਇੱਕ ਫੰਕਸ਼ਨ ਦੇ ਵਿੱਚ ਪ੍ਰਧਾਨਗੀ ਕਰ ਰਿਹਾ ਸੀ ਫੰਕਸ਼ਨ ਸੀ ਕੋਈ ਗਜ਼ਲ ਦੀ ਕਿਤਾਬ ਦਾ ਤੇ ਜਦੋਂ ਮੈਂ ਬੋਲਣ ਲੱਗਿਆ ਮੈਂ ਸ਼ੁਰੂਆਤ ਕੀਤੀ ਕਿ ਤੁਸੀਂ ਮੈਨੂੰ ਪ੍ਰਧਾਨਗੀ ਦਾ ਭਾਰਤ ਦਾ ਪਤਾ ਮੇਰੇ 'ਚ ਪਰ ਮੈਂ ਤਾਂ ਕਦੇ ਗਜ਼ਲ ਲਿਖੀ ਨਹੀਂ ਹਾਂ ਸ਼ੁਰੂਆਤ ਦੇ ਦਿਨਾਂ 'ਚ ਮੈਂ ਗਜ਼ਲ ਲਿਖਦਾ ਹੁੰਦਾ ਸੀ ਇੱਕ ਵਾਰ ਮੈਂ ਇੱਕ ਗਜ਼ਲ ਲਿਖੀ ਲਿਖ ਕੇ ਮੈਂ ਭਾਸ਼ਾ ਵਿਭਾਗ ਦੇ ਮੈਗਜ਼ੀਨ ਨੂੰ ਭੇਜਤੀ ਤੇ ਐਡੀਟਰ ਦਾ ਮੈਨੂੰ ਪੱਤਰ ਮਿਲਿਆ ਉਹਨਾਂ ਦੇ ਨਾਲ ਪੱਤਰ ਹੀ ਹੁੰਦੇ ਸੀ ਤੇ ਉਸਨੇ ਲਿਖਿਆ ਕਿ ਤੁਹਾਡੀ ਰਚਨਾ ਪ੍ਰਾਪਤ ਹੋਈ ਪਰ ਅਸੀਂ ਇਸ ਨੂੰ ਨਹੀਂ ਛਾਪ ਸਕਦੇ ਤੇ ਧੰਨਵਾਦ ਸਹਿਤ ਤੁਹਾਡੀ ਰਚਨਾ ਵਾਪਸ ਕੀਤੀ ਜਾਂਦੀ ਹੈ ਮੇਰੇ ਕਮਰੇ ਚ ਹੋਸਟਲ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੇਰੇ ਮਿੱਤਰ ਕਵੀ ਸੰਤੋਸ਼ ਸਿੰਘ ਉਹਨਾਂ ਨੇ ਉਹ ਪੱਤਰ ਚੱਕਿਆ ਕਟਿੰਗ ਕੀਤੀ ਨੀਰਾ ਨਾਂ ਤੇ ਲਿਖਿਆ ਹੋ ਸੀ ਹਰਜਿੰਦਰ ਪਾਲ ਸਿੰਘ ਵਾਲੀਆ ਉਹਨਾਂ ਨੇ ਕੱਟ ਕੇ ਉਹੀ ਗਜ਼ਲ ਉਸੇ ਐਡੀਟਰ ਨੂੰ ਹਰਜਿੰਦਰ ਵਾਲੀਆ ਦੇ ਨਾਂ ਤੇ ਭੇਜਤੀ ਤੇ ਕੁਝ ਦਿਨਾਂ ਬਾਅਦ ਮੈਨੂੰ ਫੇਰ ਪੱਤਰ ਮਿਲਿਆ ਜਿਹਦੇ ਚ ਲਿਖਿਆ ਸੀ ਪਿਆਰੀ ਬੀਬੀ ਹਰਜਿੰਦਰ ਵਾਲੀਆ ਤੁਹਾਡੀ ਰਚਨਾ ਪ੍ਰਾਪਤ ਹੋਈ ਅਗਲੇ ਅੰਕ ਚ ਇਹਨੂੰ ਛਾਪਣ ਦੀ ਖੁਸ਼ੀ ਲੈ ਰਹੇ ਹਾਂ ਜੇਕਰ ਇਹ ਪਟਿਆਲੇ ਆਓ ਮੈਂ ਕਿਲਾ ਬੁਬਾਰਕ ਸਵੇਰੇ 9:00 ਤੋਂ ਲੈ ਕੇ 5:00 ਵਜੇ ਤੱਕ ਹੁੰਦਾ ਹੁਣ ਇਸ ਗੱਲ ਨੇ ਹਾਸਾ ਵੀ ਪੈਦਾ ਕੀਤਾ ਦਿਲਚਸਪੀ ਵੀ ਪੈਦਾ ਕੀਤੀ ਤੇ ਮੈਂ ਆਪਦਾ ਨਾਮ ਦੱਸਣ ਚ ਵੀ ਜਿਹੜਾ ਹੈ ਕਾਮਯਾਬ ਹੋ ਗਿਆ ਬਹੁਤ ਵਾਰ ਕੀ ਹੁੰਦਾ ਸ਼ੁਰੂਆਤ ਦੇ ਵਿੱਚ ਤੁਸੀਂ ਕੋਈ ਐਸਾ ਸ਼ੇਅਰ ਸੁਣਾ ਦਿੰਦੇ ਹੋ ਲੋਕ ਤੁਹਾਡੇ ਨਾਲ ਜਾਂ ਇਸ ਅਡੀਕ ਚ ਰਹਿੰਦੇ ਨੇ ਕਿ ਕੋਈ ਵਧੀਆ ਹੋਰ ਗੱਲ ਅੱਗੇ ਆਊਗੀ ਜਿਸ ਤਰ੍ਹਾਂ ਹਮ ਫਕੀਰੋਂ ਸੇ ਦੋਸਤੀ ਕਰ ਲੋ ਗੁਰਸਖਾਏਗੇ ਤੁਝੇ ਬਾਦਸ਼ਾਹੀ ਕੇ ਹੁਣ ਇਹ ਕਹਿ ਦੋ ਦੇਖੋ ਇਹ ਫਕੀਰ ਜਿਹੜੇ ਨੇ ਇਹਨਾਂ ਨਾਲ ਦੋਸਤੀ ਕਰਨ ਦਾ ਸਾਨੂੰ ਇਹ ਫਾਇਦਾ ਹੋਇਆ ਤੁਹਾਡੇ ਦਰਸ਼ਨ ਹੋ ਗਏ ਤੇ ਹੁਣ ਸਰੋਤਿਆਂ ਨੂੰ ਤੁਸੀਂ ਆਪਣੇ ਨਾਲ ਲੈ ਲਿਆ ਜਾਂ ਸਰੋਤਿਆਂ ਦੀ ਪ੍ਰਸ਼ੰਸਾ ਕਰ ਲਓ ਤੁਸੀਂ ਕਹੋ ਮੈਂ ਨਾਮ ਤਾਂ ਬੜਾ ਸੁਣਿਆ ਸੀ ਪਰ ਮੈਂ ਪਹਿਲੀ ਵਾਰ ਤੁਹਾਡੇ ਸ਼ਹਿਰ ਦੇ ਵਿੱਚ ਆਇਆ ਮੈਂ ਹੈਰਾਨ ਹੋਇਆ ਐਂਡੇ ਖੂਬਸੂਰਤ ਸਰੋਤੇ ਉਹਨਾਂ ਨੂੰ ਬਿਹਾਸ ਸਕਦੇ ਹੋ ਉਹਨਾਂ ਨੂੰ ਨਾਲ ਜੋੜ ਸਕਦੇ ਹੋ ਜਾਂ ਗੰਭੀਰ ਚ ਚ ਜਾਂ ਮੈਨੂੰ ਆਸ ਹੈ ਕਿ ਤੁਸੀਂ ਮੇਰਾ ਪੂਰਾ ਸਾਥ ਦੇਵੋਗੇ ਜャ ਤੁਸੀਂ ਕਹੋਗੇ ਜੀ ਮੈਂ ਕੋਈ ਭਾਸ਼ਣ ਕਰਕੇ ਬੋਰ ਕਰਨੀ ਆਇਆ ਮੈਂ ਤਾਂ ਤੁਹਾਡੇ ਨਾਲ ਗੱਲਾਂ ਕਰਨ ਆਇਆ ਆਪਣੀ ਜ਼ਿੰਦਗੀ ਦੀਆਂ ਜャ ਤੁਸੀਂ ਸ਼ੇਅਰ ਸੁਣਾ ਲਿਆ ਜਾਂ ਕਵਿਤਾ ਸੁਣਾ ਲਈ ਜਾਂ ਕਹਾਣੀ ਸੁਣਾ ਲਈ ਪ੍ਰਸ਼ੰਸਾ ਕਰਦੇ ਤਰੀਕੇ ਇਹੀ ਦੇ ਸਵਾਗਤ ਕਰ ਲਿਆ ਜਿਹੜੇ ਬਹੁਤ ਸਾਰੇ ਕੋਈ ਦੂਰੋਂ ਆਇਆ ਉਹਦੀ ਗੱਲ ਕਰ ਲਈ ਤਾਂ ਇਹ ਇਹਦੇ ਨਾਲ ਕੀ ਹੁੰਦਾ ਕਿ ਸ਼ੁਰੂਆਤ ਜਿਹੜਾ ਪਹਿਲੇ 4-5 ਮਿੰਟ ਦੇ ਇਹਦੇ ਚੋਂ ਤੁਸੀਂ ਇੰਨੀ ਦਿਲਚਸਪੀ ਪੈਦਾ ਕਰ ਲੈਣੇ ਹੋ ਕਿ ਲੋਕਾਂ ਨੂੰ ਸਰੋਤਿਆਂ ਨੂੰ ਉਂਗਲ ਫੜ ਕੇ ਉਹਨਾਂ ਦੀ ਉਹਨਾਂ ਨੂੰ ਨਾਲ ਤੋਰਨ ਦੇ ਵਿੱਚ ਸਹਾਈ ਹੋ ਜਾਣੇ ਹੋ ਤੁਸੀਂ ਇਹ ਇੱਕ ਸ਼ੁਰੂਆਤ ਕਰਨ ਦਾ ਤਰੀਕਾ ਹੈ ਤੇ ਫਿਰ ਜਦੋਂ ਮੱਧ ਚ ਜਾਂਦੇ ਹੋ ਤੁਸੀਂ ਜਦੋਂ ਆਪਣੇ ਜਿਹੜੀ ਗੱਲ ਨੂੰ ਲੈ ਕੇ ਜਿਹੜੇ ਵਿਸ਼ੇ ਤੇ ਤੁਸੀਂ ਗੱਲ ਕਰਨੀ ਚਾਹੁੰਦੇ ਹੋ ਜਾਂ ਜੇ ਤੁਹਾਨੂੰ ਬੁਲਾਇਆ ਗਿਆ ਜਾਂ ਤੁਸੀਂ ਭਾਸ਼ਣ ਕਰ ਰਹੇ ਹੋ ਉਹਦੇ ਲਈ ਫਿਰ ਤਰਕ ਤੇ ਦਲੀਲ ਦੇਣ ਲਈ ਤੁਸੀਂ ਜਿਹੜਾ ਇੱਕ ਗਰਾਊਂਡ ਚਾਰ ਕਰਦੇ ਹੋ ਇੱਕ ਵਧੀਆ ਬਲਾਰਾ ਨਾ ਜਿਹੜਾ ਉਹ ਇੰਨਾ ਕੁ ਸ਼ਬਦਾਂ ਦਾ ਜਾਦੂਗਰ ਹੁੰਦਾ ਹੈ ਕਿਉਂਕਿ ਜਾਂ ਉਹ ਆਪਣੇ ਉਤਰਾਓ ਚੜਾਓ ਨਾਲ ਸ਼ਬਦਾਂ ਨਾਲ ਕੰਟੈਂਟ ਨਾਲ ਜਿਹੜੀ ਪਹਿਲੀ ਸੀ ਦੀ ਗੱਲ ਕੀਤੀ ਸੀ ਉਹ ਸਰੋਤਿਆਂ ਨੂੰ ਹਸਾ ਵੀ ਸਕਦਾ ਹੈ ਰਵਾ ਵੀ ਸਕਦਾ ਹੈ ਭਾਵ ਵੀ ਕਰ ਸਕਦਾ ਹੈ ਜਜ਼ਬਾਤੀ ਕਰਕੇ ਆਪਣਾ ਸਨੇਹਾ ਵੀ ਦੇ ਸਕਦਾ ਹੈ ਇਹ ਜਿਹੜਾ ਵਧੀਆ ਪਲਾਰੇ ਦੇ ਗੁਣ ਹੁੰਦੇ ਨੇ